ਇਹ ਦੁੱਖ ਹੈ ਕਿਉਂਕਿ ਰਾਜਨੀਤੀ ਇਸ ਤਰ੍ਹਾਂ ਚੱਲਦੀ ਹੈ ਮੈਨੂੰ ਪੂਰਨ ਉਮੀਦ ਸੀ ਕਾਂਗਰਸ ਪਾਰਟੀ ਦੇ ਜਿਨ੍ਹਾਂ ਸਾਡੇ ਸੀਨੀਅਰਸ ਨੇ ਸਾਡੀ ਹਾਈ ਕਮਾਂਡ ਜਿਨੂੰ ਅਸੀਂ ਕਹਿੰਦੇ ਹਾਂ ਸੋਨੀਆ ਜੀ ਰਾਹੁਲ ਜੀ ਔਰ ਪ੍ਰਿਆੰਕਾ ਜੀ ਕਿ ਇਹ ਤਾਂ ਕਹਿੰਦੇ ਸੀ ਲੜਕੀ ਹੂੰ ਲੜ ਸਕਦੀ ਹੂੰ ਔਰ ਮੈਨੂੰ ਪੂਰਨ ਉਮੀਦ ਸੀ ਕਿ ਲੜਕੀਆਂ ਨੂੰ ਜਾਂਸੀ ਮਿਲ ਰਹੇ ਨੇ ਔਰ ਲੜਕੀਆਂ ਬਹੁਤ ਅੱਛੇ ਤਰੀਕੇ ਨਾਲ ਆਪਣੇ ਜਿਵੇਂ ਪਰਿਵਾਰ ਨੂੰ ਸੰਭਾਲਦੀਆਂ ਨੇ ਉਸੇ ਤਰ੍ਹਾਂ ਹੀ ਅਸੀਂ ਆਪਣੇ ਦੇਸ਼ ਨੂੰ ਸੰਭਾਲਦੀਆਂ ਨੇ ਸੋ ਮੈਨੂੰ ਬਹੁਤ ਦੁੱਖ ਹੈ ਕਿ ਸਿਆਸਤ ਇਸ ਤਰ੍ਹਾਂ ਚੱਲਦੀ ਹੈ ਕਿ ਤੁਸੀਂ ਇਹ 10 ਸਾਲ ਪਹਿਲਾਂ ਦਾ ਜਿਹੜਾ ਬੰਦਾ ਹਾਰਿਆ ਕਿ ਸਿਰਫ ਇਸ ਗੱਲ ਤੇ ਕਿ ਉਹ ਮੈਡਮ ਪਠੱਲ ਦਾ ਜਵਾਈ ਹੈ ਈ ਉਦੀ ਇੱਕ ਹਾਬਲੀਅਤ ਹੈ ਜਿਹਦੇ ਕਰਕੇ ਉਹਨੂੰ ਲੋਕਾਂ ਦਾ ਇੱਕ ਨੇਤਾ ਬਣਾ ਦਿੱਤਾ ਗਿਆ ਮੈਂ ਕਹਿੰਦੀ ਆ ਉਹਨੇ ਆਪਣੀ ਜ਼ਿੰਦਗੀ ਚ ਕੀ ਕੀ ਕੀਤਾ ਕਿਸੇ ਨੇ ਉਹਨੂੰ ਪੁੱਛਿਆ ਨਹੀਂ ਮੈਂ 셀ਫ ਮੇਡ ਕੁੜੀ ਆ ਮੈਂ 5 ਸਾਲ ਦੀ ਚੋਂ ਲੋਕਾਂ ਚ ਘੁੰਮਦੀ ਆ ਔਰ ਮੈਂ ਹਾਕੀ ਨੈਸ਼ਨਲ ਲੈਵਲ ਖੇਡੀ ਅੱਜ ਉਹਦੇ ਨਤੀਜੇ ਨਾਲ 80 ਦੇ ਕਰੀਬ ਕੁੜੀਆਂ ਮੇਰੇ ਇਲਾਕੇ ਚ ਅੱਜ ਮੈਂ ਜਿਹਨਾਂ ਨੂੰ ਸ਼ੁਰੂ ਕਰਾਈ ਹਾਕੀ ਖੇਡ ਰਹੀਆਂ ਨੇ ਔਰ ਆਪਣੇ ਇਲਾਕੇ ਚ ਮੈਂ ਕਹਿੰਦੀ ਆ ਗਲੀ ਗਲੀ ਚ ਨਾ ਕੋਈ ਮੈਂ ਗਲੀ ਛੱਡੀ ਨਾ ਮੈਂ ਕੋਈ ਆਪਣਾ ਪਰਿਵਾਰ ਛੱਡਿਆ ਜਿਹਦੀ ਮੈਂ ਨਾ ਸੁਣਵਾਈ ਕਰਵਾਈ ਹੋਵੇ ਆਪਣੇ ਸਿਸਟਮ ਚ ਰਹਿ ਕੇ ਇੱਥੇ ਇੰਨਾ ਕੰਮ ਹੋਇਆ 5 ਸਾਲ ਚ ਕਿਉਂਕਿ ਮੇਰੇ ਭਾਣ ਚੰਗੇ ਸੀ ਸਰਕਾਰ ਬਣਨ ਨਾਲ ਮੈਨੂੰ 5 ਸਾਲ ਟਾਈਮ ਮਿਲਿਆ ਔਰ ਅੱਜ ਜਦੋਂ 5 ਸਾਲ ਇਸ ਧੀ ਨੇ ਆਪਣੇ ਹਰ ਇੱਕ ਪੰਜਾਬ ਦੀ ਧੀ ਬਣ ਕੇ ਕੋਸ਼ਿਸ਼ ਕੀਤੀ ਔਰ ਸਾਡੀ ਪਾਰਟੀ ਜੀ ਮੈਂ ਇਹ ਹੈਰਾਨ ਆ ਕਿ ਸਾਡੇ ਲੀਡਰਸ ਨੇ ਕਿਸ ਤਰ੍ਹਾਂ ਕੀ ਇਹ ਉੱਪਰ ਹਾਈ ਕਮਾਂਡ ਨੂੰ ਦੱਸਿਆ ਕਿ ਇਹ ਜਿਹੜਾ 10 ਸਾਲ ਪੁਰਾਣਾ ਬੰਦਾ 10 ਸਾਲ ਚ ਤਾਂ ਬੱਚਾ ਜਵਾਨ ਹੋ ਜਾਂਦਾ ਹੈ ਜੀ ਉਹਨੂੰ ਤੁਸੀਂ ਸਾਡੇ ਮੱਥੇ ਮੜਤਾ ਔਰ ਅਕਾਲੀ ਦਲ ਇਹਦਾ ਗ੍ਰੈਬ ਕਰੀ ਬੈਠਾ ਹੈ ਸਾਡੀ ਸੀਟ ਨੂੰ ਅਸੀਂ ਕਿੱਥੇ ਨਿਕਲਾਂਗੇ ਅਸੀਂ ਤਾਂ ਉਹਦੇ ਚ ਫਸੇ ਬੈਠੇ ਆ ਇਹ ਛੋਟੀ ਜੀ ਗੱਲ ਮੈਂ ਤੁਹਾਨੂੰ ਸੁਣਾਉਣੀ ਹੈ ਛੋਟੀ ਇਹ ਸਾਡੀ ਇਲੈਕਸ਼ਨ ਹੋਈ ਸੀ ਉਹਦੇ ਚ ਵੀ ਇਹਨਾਂ ਨੇ ਅਨਿਆਂ ਕੀਤਾ ਇਹ ਆਪਣੇ ਕਿਸੇ ਚਾਹਤੇ ਨੂੰ ਕਾਂਗਰਸ ਵਿੱਚ ਇਹਨਾਂ ਦੇ ਚਾਹਤੇ ਬੜੇ ਨੇ ਅਕਾਲੀਆਂ ਦੇ ਉਹਦੇ ਤੋਂ ਕਹਿ ਕੇ ਟਿਕਟ ਲੈ ਲਈ ਤੇ ਉਥੇ ਕਾਲੀ ਦਲ ਜਿਤਾਤਾ ਜਿਹੜੀ ਸੀਟ ਅਸੀਂ 450 ਤੇ ਜਿੱਤੀ ਸੀ ਉਹ 80 ਵੋਟਾਂ ਪਈਆਂ ਇਹ ਤਰੀਕਾ ਇੱਥੇ ਸਾਂਨੇ ਵਾਲੀ ਕਾਂਗਰਸ ਦਾ ਇਹਨਾਂ ਨੇ ਆ ਹਲ ਕੀਤਾ ਹੋਇਆ ਲੀਡਰਾਂ ਨੇ ਅੱਜ ਤੁਸੀਂ 10 ਸਾਲ ਪੁਰਾਣਾ ਲੀਡਰ ਚਾਕੇ ਸਾਡੇ ਮੱਥੇ ਮਾਰਿਆ ਜਿਹਨੂੰ ਸਾਡਾ ਪਤਾ ਹੀ ਨਹੀਂ ਵੀ ਮੈਂ ਕੰਮ ਕੀ ਕਰਾਇਆ ਇਲਾਕੇ ਦੇ ਲੋਕਾਂ ਦਾ ਕਿਹਦੇ ਕੋਲ ਜਾਣਾ ਉਹਨੂੰ ਪਤਾ ਹੀ ਕੱਖ ਨਹੀਂ ਉਹਨੇ ਚਾਰ ਬੋਰਡ ਜੂੜ ਲਾਏ ਨੇ ਇਹ ਕੀ ਤਰੀਕਾ ਹੈ ਪਾਰਟੀ ਦਾ ਮੈਂ ਦਾ ਸਖਤ ਵਿਰੋਧ ਕਰਦੀ ਆਂ ਔਰ ਪੰਜਾਬ ਦੇ ਜਿੰਨੇ ਲੀਡਰ ਨੇ ਜਿਹੜੇ ਆਏ ਇੱਥੇ ਚਾਹੇ ਕੋਈ ਇੰਚਾਰਜ ਆ ਚਾਹੇ ਪ੍ਰਧਾਨ ਆ ਚਾਹੇ ਮੁੱਖ ਮੰਤਰੀ ਕੀ ਇਹਨਾਂ ਦਾ ਫਰਕ ਨਹੀਂ ਪੈਂਦਾ ਉੱਥੇ ਸਹੀ ਆਵਾਜ਼ ਪਹੁੰਚਾਉਣ ਦਾ ਤੁਹਾਡੀ ਕੋਈ ਗੱਲਬਾਤ ਹੋਈ ਹਾਲੀਕਾ ਤੁਹਾਡੇ ਰੈਲੀ ਕੀਤੀ ਸੀ ਤੁਹਾਡੇ ਬਿਲਕੁਲ ਜੀ ਮੈਨੂੰ ਉਹਨਾਂ ਨੇ ਟਾਈਮ ਦਿੱਤਾ ਮੈਂ ਖੁਸ਼ੀ ਮਹਿਸੂਸ ਕੀਤੀ ਕਿਉਂਕਿ ਜਿਹੜੇ ਸਾਡੇ ਮੰਨ ਲਓ ਦੂਜੀਆਂ ਪਾਰਟੀਆਂ ਦੇ ਜਿੱਤੇ ਹੋਏ ਇਲਾਕੇ ਉਹ ਪਿੱਪਲ ਬਣ ਕੇ ਇੱਥੇ ਉੱਗੇ ਹੋਣੇ ਐ ਏਡੇ ਏਡੇ ਜੜਾ ਬਣਾ ਲਿਆ ਉਹਨਾਂ ਨੇ ਹਾਂ ਜੀ ਉਹ ਇਸ ਕਰਕੇ ਮੈਂ ਤਾਂ ਖੁਸ਼ੀ ਖੁਸ਼ੀ ਦਾਇਰ ਕੀਤੀ ਕਿ ਜਦੋਂ ਸਾਡੀ ਪਹਿਲੀ ਇੱਕ ਵੱਡੀ ਬੰਦੇ ਦਾ ਕੱਟ ਹੋਇਆ ਔਰ ਔਰ ਸਾਰੇ ਨੌਨ ਸਿਆਸੀ ਬੰਦੇ ਸੀਗੇ ਕਿਉਂਕਿ ਸਿਆਸੀ ਬੰਦੇ ਤਾਂ ਇਹਨਾਂ ਨੇ ਨਾਲ ਜੋੜੇ ਹੋਏ ਆ ਉਹ ਵਿਰੋਧ ਕਰਨ ਲੱਗੇ ਹੋਏ ਨੇ ਸਮਝ ਗਏ ਤੁਸੀਂ ਐਸਾ ਦੀ ਗੇਮ ਚਲਾ ਕੇ ਇਹਨਾਂ ਨੇ ਸਾਹਨੇ ਵਾਲ ਨੂੰ ਇੱਕ ਜਕੜਿਆ ਹੋਇਆ ਅਕਾਲੀ ਦਲ ਨੇ ਮੈਂ ਲੋਕਾਂ ਨੂੰ ਕਹਿਣਾ ਚਾਹੂੰਗੀ ਪੁੱਛਣਾ ਜ਼ਰੂਰ ਕਿ ਜਿਹੜਾ ਬੰਦਾ ਤੁਹਾਡੇ ਤੋਂ ਵੋਟ ਮੰਗਣ ਆਉਂਦਾ ਤੂੰ ਕੀ ਕੀਤਾ ਜ਼ਿੰਦਗੀ ਚ ਮਿਹਨਤ ਕੀਤੀ ਕਦੇ ਮਿਹਨਤ ਕੀਤੀ ਹੈ ਡਿਸੀਜਨ ਤੋਂ ਨਾਰਾਜ਼ ਹੋ ਅਗਲਾ ਫੈਸਲਾ ਤੁਹਾਡਾ ਕੀ ਲੱਗਦਾ ਦੇਖੋ ਮੈਂ ਇਹ ਸਮਝਦੀ ਆ ਕਿ ਕਿਸਮਤ ਪਰਮਾਤਮਾ ਲਿਖਦੀ ਆ ਮੇਰੀ ਕਿਸਮਤ ਲਿਖੀ ਕਿ ਮੈਂ ਐਜ਼ ਆਰਟਿਸਟ ਬਹੁਤ ਲੋਕਾਂ ਚ ਵਿਚਰੀ ਮੈਨੂੰ ਤਾਂ ਚੰਗਾ ਲੱਗਦਾ ਲੋਕਾਂ ਚ ਜਾਣਾ ਮੈਨੂੰ ਸਾਰੇ ਚਿਹਰੇ ਨਾ ਪਿਆਰ ਹੈ ਕਿ ਮੇਰੇ ਲੋਕ ਹੈ 25 ਸਾਲ ਤੋਂ ਜਿਹੜਾ ਮੈਂ ਲੋਕਾਂ ਚ ਜਾਂਦਾ ਜਾਂਦਾ ਹੋਵੇ ਕਿੰਨੇ ਉਹਦੇ ਉਹਦਾ ਪਿਆਰ ਹੋਗਾ ਆਪਣੇ ਲੋਕਾਂ ਨਾਲ ਔਰ ਦੂਜੀ ਗੱਲ ਫਿਰ ਇਸ ਪਰਿਵਾਰ ਚ ਮੇਰਾ ਵਿਆਹ ਹੋਇਆ ਜਿਹੜਾ ਕਾਂਗਰਸ ਨਾਲ ਜੁੜਿਆ ਹੋਇਆ ਸੀਗਾ ਹੈ ਜੀ ਤੇ ਮੈਂ ਉੱਥੇ ਸੇਵਾ ਕਰ ਰਹੀ ਸੀ ਬੜਾ ਡਟ ਕੇ ਕਿਉਂਕਿ 75 ਸਾਲ ਦੀ ਸਾਡੀ ਕਾਂਗਰਸ ਨਾਲ ਜੁੜਾ ਇਹ ਪਰਿਵਾਰ ਸੀਗਾ ਔਰ ਸਾਡੇ ਤਾਇਆ ਜਿਹਨੂੰ ਗੋਲੀ ਤਾਂ ਮਾਰੀ ਕਿਉਂ ਕਾਂਗਰਸ ਨਾਲ ਜੁੜੇ ਹੋਏ ਸੀ 테러리즘 ਤੇ ਇੰਨਾ ਕੁਛ ਕਰਕੇ ਇਹ ਕੰਮ ਕਰਕੇ ਅੱਜ ਸਾਨੂੰ ਆ ਔਰਤਿਆਂ ਨੂੰ ਕਹਿੰਦੇ ਅੱਗੇ ਲੈ ਕੇ ਹੋਣਾ ਸਾਰੇ ਸ਼ਰਮੀਆਂ ਤਿਆਂ ਨਾਲ ਧੱਕਾ ਕੀਤਾ ਅੱਜ ਪਾਰਟੀ ਨੇ ਮੈਂ ਕਹਿਣਾ ਚਾਹੁੰਨੀ ਆ ਪ੍ਰਿਆੰਕਾ ਜੀ ਨੂੰ 소니아 ਜੀ ਨੂੰ ਕਿ ਕੱਲ ਕੋਈ ਬੱਚੀ ਆਈ ਉਹ ਮੈਨੂੰ ਕਹਿੰਦੀ ਕਿ ਤੁਸੀਂ ਦੀਦੀ ਮੇਰੀ ਮਦਦ ਕਰੋ ਕਿਸ ਨੇ ਮੇਰੀਆਂ ਅਸ਼ਲੀਲ ਬਣਾਤੀਆਂ ਜੀ ਜੀ ਫੋਟੋਆਂ ਬਣਾਤੀਆਂ ਤੇ ਮੈਂ ਉਹਦੀ ਮਦਦ ਕਿਵੇਂ ਕਰਾਂ ਕਿਉਂਕਿ ਤੁਸੀਂ ਤਾਕਤ ਨਹੀਂ ਦਿੱਤੀ ਤੀ ਨੂੰ ਜੇ ਤੀਆਂ ਨੂੰ ਤਾਕਤ ਦਿੰਦੇ ਤਾਂ ਹੀ ਤਾਂ ਅਸੀਂ ਸਾਡਾ ਸਿਸਟਮ ਸਟਰੋਂਗ ਹੋਊਗਾ ਤਾਂ ਹੀ ਤਾਂ ਅਸੀਂ ਕਰਾਂਗੇ ਕਿਹਦੇ ਕੋਲ ਜਾਣਗੇ ਸਾਡੀਆਂ ਬੱਚੀਆਂ ਜੇ ਕੋਈ ਤੁਸੀਂ ਲੇਡੀਜ਼ ਨੂੰ ਰੱਖਣਾ ਹੀ ਨਹੀਂ ਅੱਜ ਤਿੰਨ ਤਿੰਨ ਕੁੜੀਆਂ ਦੀ ਤੁਸੀਂ ਟਿਕਟਾਂ ਕੱਟਦੇ ਹੋ ਕਿਹਨੂੰ ਪੁੱਛ ਕੇ ਕੱਟੀਆਂ ਕੀ ਸਮਝਦੇ ਹੋ ਆਪਣੇ ਐਪ ਨੂੰ ਕਿਹੜੇ ਲੀਡਰ ਦੇ ਕਹਿੰਦੇ ਕੱਟੀਆਂ ਮੈਨੂੰ ਦੱਸੋ ਕਿਹੜੀ ਨਜਾਤਾ ਤੁਸੀਂ ਕੋਈ ਨਵੀਆਂ ਬੱਚੀਆਂ ਲੈ ਕੇ ਆਏ ਹੋ ਜਾਂ ਕੋਈ ਬਹੁਤ ਵੱਡੇ ਅਸੀਂ ਕਹਿੰਦੇ ਆ ਵੀ ਬੜਾ ਭਾਈ ਇਹ ਬੰਦਾ ਕੋਈ ਕਾਬਲ ਹੈ ਜੀ ਇਹਦੇ ਪਿੱਛੇ ਤੁਰ ਪੈਣੇ ਤੁਰ ਪੈਂਦੇ ਤੁਸੀਂ ਬਜਾਤਾ ਦੱਸੋ ਤੁਸੀਂ ਕੀ ਨੁਕਸਾਨ ਕਰ ਰਹੇ ਪੰਜਾਬੀਆਂ ਨੂੰ ਕੀ ਸਮਝੇ ਤੁਸੀਂ ਕੀ ਲੱਗਦਾ ਜੀ ਮੈਡਮ ਪੱਠਲ ਆਪ ਵੀ ਸੀਟ ਲੜ ਰਹੀ ਨੇ ਤੇ ਇੱਕ جنگ ਲੜਨੀ ਔਖੀ ਹੈ ਇੱਕ جنگ ਲੜਨੀ ਔਖੀ ਹੈ ਮੈਡਮ ਪੱਠਲ ਨੂੰ ਮੈਂ ਕਹਿਣਾ ਚਾਹੂੰਗੀ ਤੁਸੀਂ ਆਪਣੀ ਸੀਟ ਜਿੱਤਦੇ ਉੱਥੇ ਸਾਰੇ ਟੱਬਰ ਨੂੰ ਲੜਾਉਂਦੇ ਇੱਥੇ ਕਾਦੇ ਲਈ ਭੇਜਿਆ ਆਪਣਾ ਜਵਾਈ ਦੱਸੋ ਮੈਨੂੰ ਤੁਸੀਂ ਕੱਲੇ ਹੀ ਰਹਿਗੇ ਕਾਂਗਰਸੀ ਬਾਕੀ ਕਿੱਥੇ ਜਾਣਗੇ ਮਿਹਨਤ ਦੀ ਕੀਮਤ ਨਹੀਂ ਮਿਲ ਪਾਰੀ ਬਿਲਕੁਲ ਮੈਂ ਤੁਸੀਂ ਸਾਰੇ ਜਾਣਦੇ ਹੋ ਮੇਰੇ ਇਲਾਕੇ ਦੇ ਸਾਰੇ ਪੱਤਰਕਾਰ ਜਾਣਦੇ ਆ ਮੇਰੇ ਲੋਕ ਜਾਣਦੇ ਆ ਕਿ ਸਾਹਨੇ ਵਾਲ ਹਲਕੇ ਚ ਸ਼ਰੀ ਆਮ ਇੱਥੇ ਇਹ ਵੀ ਅਕਾਲੀ ਦਲ ਇੱਥੇ ਜਿੱਤ ਜਾਈ ਦੀ ਬਸ ਇਹਨਾਂ ਨੇ ਕੀ ਲੋਕਾਂ ਨੂੰ ਫਰਕ ਪੈਣਾ ਹੈ ਫਰਕ ਲੋਕਾਂ ਨੂੰ ਪੈਂਦਾ ਹੈ ਕਿ ਉਹ ਇੱਕ ਗੰਦੇ ਸਿਸਟਮ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੇ ਕੀ ਫਰਕ ਪੈਂਦਾ ਉਹ ਤਾਂ ਉੱਪਰ ਬੈਠੇ ਆ ਸਾਰੇ ਤੇ ਤੇ ਲੈ ਕਿਸੇ ਹੋਰ ਇਲਾਕੇ ਤੇ ਤੁਹਾਨੂੰ ਅਗਰ ਸੀਟ ਦਿੱਤੀ ਜਾਵੇ ਮੇਰੀ ਗੱਲ ਸੁਣੋ ਮੈਂ ਆਪਣੇ ਇਲਾਕੇ ਕਿਉਂ ਛੱਡਾਂ ਆਪਾਂ ਲੀਡਰ ਕਹਿੰਦੇ ਵੀ ਇਲਾਕੇ ਦਾ ਹੋਵੇ ਮੇਰੇ ਇੱਥੇ 160 ਪਿੰਡ ਨੇ ਉਹ ਮਿੰਟ ਚ ਮੇਰੇ ਘਰ ਤੱਕ ਲੋਕਾਂ ਨਾਲ ਭਰੇ ਰਹਿੰਦਾ ਰੋਜ਼ ਕੋਈ ਮੇਰੇ ਦੁੱਖ ਦੇ ਆਉਂਦਾ ਕੋਈ ਸੁੱਖ ਦੇ ਆਉਂਦਾ ਇਹਦਾ ਮਤਲਬ ਘਰ ਛੱਡਾ ਕੇ ਤੁਸੀਂ ਭਜਾ ਦਿਓ ਮੈਨੂੰ ਟਿਕਟਾਂ ਦਾ ਲਾਲਚ ਹੈ ਮੈਂ ਕਹਿੰਨੇ ਥੱਕਾ ਕੀਤਾ ਸ਼ਰਮ ਕੁੜੀਆਂ ਨਾਲ ਟਿੱਕਤਾ ਦਾ ਸਾਨੂੰ ਲਾਲਚ ਨਹੀਂ ਕਿਸੇ ਪਰਿਵਾਰ ਨੂੰ ਅਮਰੀਕਾ ਨੂੰ ਛੱਡ ਕੇ ਮੈਂ ਇੱਥੇ ਸੇਵਾ ਕਰਨੀ ਆ ਇੱਕ ਬੰਦਾ ਛੱਡ ਕੇ ਆਇਆ ਸੀ ਅਮਰੀਕਾ ਕਰਤਾਰ ਸਿੰਘ ਸਰਾਬਾ ਜਿਹਦੀਆਂ ਮੈਂ ਬਾਰਾਂ ਗਈਆਂ ਇਹ ਪਾਵਨਾ ਮੇਰੀ ਬਿਲਕੁਲ ਦੁੱਖ ਨੋ